नमस्कार, ਤੁਸੀਂ ਵੇਖ ਰਹੇ ਹੋ ਐਚਐਸਐਨ ਨਿਊਜ਼। ਮੈਂ ਹਰੀਸ਼ ਤੁਹਾਡੇ ਨਾਲ ਇਸ ਵੇਲੇ ਦੀ ਵੱਡੀ ਅਪਡੇਟ ਲੈ ਕੇ ਹਾਜ਼ਰ ਹੋਇਆ। ਤੁਹਾਨੂੰ ਦੱਸ ਦਈਏ, ਯੂਕਰੇਨ ਰਸ਼ੀਆ ਦਾ ਯੁੱਧ ਅੱਜ 19ਵੇਂ ਦਿਨ ਵਿੱਚ ਦਾਖਲ ਹੋ ਗਿਆ ਔਰ ਤਕਰੀਬਨ 50 ਦਿਨ ਕੱਲ ਮੁਕੰਮਲ ਹੋ ਜਾਣੇ ਨੇ, ਪਰ ਇਹ ਯੁੱਧ ਰੁਕਣ ਦਾ ਨਾਮ ਨਹੀਂ ਲੈ ਰਿਹਾ। ਰਸ਼ੀਆ ਨੇ ਯੂਕਰੇਨ ਦੇ ਵਿੱਚ ਤਬਾਹੀ ਮਚਾ ਦਿੱਤੀ ਹੈ ਔਰ ਇਹ ਤਬਾਹੀ ਦਾ ਆਲਮ ਹੌਲੀ ਹੌਲੀ ਵੱਧਦਾ ਜਾ ਰਿਹਾ ਹੈ, ਘੱਟ ਨਹੀਂ ਰਿਹਾ। ਤੁਹਾਨੂੰ ਦੱਸ ਦਈਏ ਕਿ ਉਹ ਬਲਾਸਟ ਇੱਕ ਇਲਾਕਾ ਹੈ ਯੂਕਰੇਨ ਦੇ ਵਿੱਚ, ਉੱਥੇ ਰਸ਼ੀਅਨ ਫੌਜਾਂ ਦੇ ਦੁਆਰਾ ਆਮ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਇਆ ਗਿਆ। ਤੁਹਾਨੂੰ ਦੱਸਦੇ ਹਾਂ, 720 ਲੋਕਾਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਨੇ ਔਰ ਇਹ ਵੀ ਕਿਹਾ ਜਾ ਰਿਹਾ, ਯੂਕਰੇਨ ਦਾ ਇਹ ਦਾਅਵਾ ਹੈ ਕਿ 720 ਲੋਕ ਉਹਨਾਂ ਨੇ ਮਾਰ ਦਿੱਤੇ ਨੇ ਰਸ਼ੀਅਨ ਫੌਜਾਂ ਨੇ ਔਰ 200 ਲੋਕ ਹਾਲੇ ਤੱਕ ਕਿ ਉਹ ਬਲਾਸਟ ਵਿੱਚ ਲਾਪਤਾ ਨੇ ਔਰ ਇਹ ਆਂਕੜਾ ਉਹਨਾਂ ਨੇ ਕਿਹਾ ਕਿ ਹੋਰ ਵੀ ਵੱਧ ਸਕਦਾ ਕਿਉਂਕਿ ਲੋਕਾਂ ਦੀ ਤਲਾਸ਼ ਜਾਰੀ ਹੈ। ਕੁਝ ਲੋਕ ਮਿਲ ਨਹੀਂ ਰਹੇ, ਉਹ ਲਾਪਤਾ ਨੇ, ਅਤੇ ਕੁਝ ਲੋਕ ਮਰ ਚੁੱਕੇ ਨੇ ਜਿਨ੍ਹਾਂ ਦਾ ਅੰਕੜਾ 720 ਤੱਕ ਪਹੁੰਚ ਗਿਆ ਔਰ ਕਿ ਉਹ ਬਲਾਸਟ ਦੇ ਵਿੱਚ ਨਰਸੰਹਾਰ ਦਾ ਆਰੋਪ ਲਾਇਆ, ਦੋਸ਼ ਲਾਇਆ, ਬਹੁਤ ਵੱਡਾ ਦੋਸ਼ ਹੈ ਰਸ਼ੀਅਨ ਫੌਜਾਂ ਦੇ ਉੱਤੇ, ਰੂਸ ਦੇ ਉੱਤੇ ਜੋ ਯੂਕਰੇਨ ਸਰਕਾਰ ਲਗਾ ਰਹੀ ਹੈ। ਤੁਹਾਨੂੰ ਦੱਸ ਦਈਏ, ਇਹ ਯੁੱਧ ਜੋ 50 ਦਿਨ ਪਹਿਲਾਂ ਸ਼ੁਰੂ ਹੋਇਆ ਸੀ ਔਰ ਰਸ਼ੀਅਨ ਔਰ ਰੂਸ ਨੂੰ ਇਹ ਲੱਗਦਾ ਸੀ ਕਿ ਯੂਕਰੇਨ ਦੇ ਉੱਤੇ ਆਸਾਨੀ ਦੇ ਨਾਲ ਜਿੱਤ ਹਾਸਲ ਕਰ ਲਵੇਗਾ, ਪਰ ਜਿੰਨਾ ਨੁਕਸਾਨ ਯੂਕਰੇਨ ਨੂੰ ਝੱਲਣਾ ਪੈ ਰਿਹਾ ਹੈ, ਉਨਾ ਹੀ ਨੁਕਸਾਨ ਰਸ਼ੀਅਨ ਫੌਜਾਂ ਨੂੰ, ਰੂਸ ਦੀ ਸੈਨਾ ਨੂੰ ਝੱਲਣਾ ਪੈ ਰਿਹਾ ਹੈ ਔਰ ਇਸੇ ਲਈ ਖਲਬਲੀ ਮਚੀ ਹੋਈ ਹੈ ਪੁਤਿਨ ਦੇ ਅੰਦਰ ਔਰ ਇਸ ਲਈ ਉਹ ਇੱਦਾਂ ਦੀਆਂ ਘਟਨਾਵਾਂ ਨੂੰ ਅੰਜਾਮ ਦੇ ਰਹੇ ਨੇ ਔਰ ਯੂਕਰੇਨ ਦਾ ਬਾਰ ਬਾਰ ਇਹ ਦਾਅਵਾ ਹੋ ਰਿਹਾ ਹੈ ਕਿ ਰਸ਼ੀਅਨ ਫੌਜਾਂ ਦੁਆਰਾ ਯੂਕਰੇਨ ਦੇ ਵਿੱਚ ਨਰਸੰਹਾਰ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਔਰ ਉਹ ਬਾਰ ਬਾਰ ਇਹੋ ਹੀ ਗੁਹਾਰ ਲਗਾ ਰਹੇ ਨੇ ਸਾਰੇ ਦੇਸ਼ਾਂ ਦੇ ਕੋਲੋਂ ਕਿ ਰੂਸ ਨੂੰ ਬੈਨ ਕੀਤਾ ਜਾਵੇ, ਇਹਨੂੰ ਅੱਤਵਾਦੀ ਦੇਸ਼ ਕਰਾਰ ਦਿੱਤਾ ਜਾਵੇ। ਹੁਣ ਅੱਗੇ ਇਹ ਜਿਹੜੀ ਜੰਗ ਹੈ ਉਹ ਕੀ ਰੂਪ ਇਖਤਿਆਰ ਕਰੇਗੀ, ਇਹਦੇ 'ਤੇ ਕੋਈ ਰੋਕ ਲੱਗੇਗੀ ਜਾਂ ਫਿਰ ਨਹੀਂ ਲੱਗੇਗੀ, ਜਾਂ ਫਿਰ ਇਹ ਜੰਗ ਇੱਦਾਂ ਹੀ ਜਾਰੀ ਰਹੇਗੀ, ਇਹਦੇ ਬਾਰੇ ਵੀ ਹਾਲੇ ਕੁਝ ਵੀ ਕਹਿਣਾ ਸੰਭਵ ਨਹੀਂ ਲੱਗ ਰਿਹਾ। ਤੁਸੀਂ ਵੇਖ ਰਹੇ ਹੋ ਐਚਐਸਐਨ ਨਿਊਜ਼, ਮੈਂ ਸੀ ਹਰੀਸ਼ ਤੁਹਾਡੇ ਨਾਲ।